ਮਾਛੀਵਾੜਾ ਦੇ ਬਲੀਬੀਗ ਬਸਤੀ ਵਿੱਚ ਇੱਕ ਝੁੱਗੀ ਵਿੱਚ ਅੱਗ ਲੱਗਣ ਕਾਰਨ ਤਿੰਨ ਬੱਚੇ ਤੇ ਉਹਨਾਂ ਦਾ ਪਿਤਾ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਝੁਲਸ ਗਿਆ। ਪਤਨੀ ਸੁਨੀਤਾ ਦੇਵੀ ਨੇ ਦੱਸਿਆ ਹੈ ਕਿ ਉਹ ਰੋਟੀ ਪਕਾਉਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਸੌਂ ਗਈ ਸੀ। ਉਹ ਤੇ ਉਸਦਾ ਪਤੀ ਅੱਗੇ ਝੁੱਗੀ ਵਿੱਚ ਸੁੱਤੇ ਸਨ, ਜਦਕਿ ਪਿਛਲੇ ਪੱਕੇ ਬਣੇ ਮਕਾਨਾਂ ਵਿੱਚ ਉਹਨਾਂ ਤੇ ਤਿੰਨ ਬੱਚੇ ਸੌਂ ਰਹੇ ਸਨ। ਸੁਨੀਤਾ ਨੇ ਦੱਸਿਆ ਕਿ ਉਸਦਾ ਪਤੀ ਖੇਤਾਂ ਵਿੱਚ ਫਸਲਾਂ ਤੇ ਸਪਰੇ ਕਰਨ ਦਾ ਕੰਮ ਕਰਦਾ ਹੈ। ਉਸਨੇ ਸਪਰੇ ਵਾਲਾ ਪੰਪ ਚੁੱਲ੍ਹੇ ਦੇ ਨੇੜੇ ਰੱਖ ਦਿੱਤਾ, ਜਿਸ ਤੋਂ ਸ਼ੰਕਾ ਇਹ ਜਤਾਈ ਜਾ ਰਹੀ ਹੈ ਕਿ ਚੁੱਲ੍ਹੇ ਦੀ ਰਾਖ ਤੋਂ ਪੰਪ ਵਿੱਚ ਪਏ ਪੈਟਰੋਲ ਨੂੰ ਅੱਗ ਲੱਗ ਗਈ, ਜਿਸ ਨੇ ਸਾਰੀ ਝੁੱਗੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਦੇਖ ਕੇ ਰੌਲਾ ਸੁਣ ਕੇ ਆਸ ਪਾਸ ਦੇ ਲੋਕ ਮਦਦ ਲਈ ਪਹੁੰਚੇ, ਜਿਨ੍ਹਾਂ ਨੇ ਪਾਣੀ ਪਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਸੁਨੀਤਾ ਦੇਵੀ ਦੇ ਤਿੰਨ ਬੱਚੇ ਜੋ ਕਿ ਪਿਛਲੇ ਕਮਰੇ ਵਿੱਚ ਸੁੱਤੇ ਪਏ ਸਨ, ਅੱਗ ਦੀਆਂ ਲਪਟਾਂ ਵਿੱਚ ਘਿਰੇ ਗਏ। ਧੂੰਏ ਕਾਰਨ ਉਹ ਬੇਹਾਲ ਹੋ ਗਏ। ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿੱਚ ਤਿੰਨ ਬੱਚੇ ਤੇ ਉਸਦਾ ਪਿਤਾ ਇੰਦਰ ਸਾਨੀ ਝੁਲਸੇ ਗਏ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਪਹਿਲਾਂ ਤਾਂ ਸਮਰਾਲਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ, ਪਰ ਹਾਲਤ ਗੰਭੀਰ ਦੇਖਦਿਆਂ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਸੁਨੀਤਾ ਦੇ ਰਾਤ ਕੇ ਪਤਾ ਨਹੀਂ 12 ਵਜੇ ਆ ਸਾਰਾ ਅੰਦਰ ਪਈਆ, ਪਤਾ ਨਹੀਂ ਕੈਸੇ ਆਗ ਲਾ ਗਿਆ ਨਹੀਂ ਲਾ ਗਿਆ। ਜਬ ਦੇਖਿਆ ਧੂੰਆਂ ਹੋਇਆ ਤਬ ਸਾਰਾ ਨਿਕਲਿਆ, ਤਬ ਸਾਰਾ ਆਦਮੀ ਆਇਆ, ਤਬ ਸੇ ਪਾਣੀ ਮਿਝਾ ਮਿਝਾ ਕੇ ਕਰਿਆ। ਕਿਤਨੇ ਬੱਚੇ ਤੁਹਾਡੀ ਆਗ ਮਿਝ ਹੋ ਸਕੇ? तीन बच्चे। क्या क्या नाम है उनका? एक शबनम, एक गोपाल, एक विशाल। आपके घर वाले का क्या नाम है? इंदल स्वामी। उसको भी जख्मी हुआ है? हाँ जी। किसने बचाया फिर आपको वहाँ पर? हम लोग ये सब बचाए सर। हम लोग तो सोए हुए थे 12 बजे के रात में, तो अचानक आवाज हुई, हम लोग बाहर निकले तो देखे कि जो आग लगी हुई थी, फिर हम लोग आग बुझाए, उसके बाद अंदर जाके बच्चे को निकाले, बच्चे को निकाल कर उसको सेवा पानी किए, तो डॉक्टर के पास लेकर फिर ये लोग आगे बढ़े। बच्चे कितने झुलसे हुए? क्या झुलसे बच्चे? बच्चे को झुलसे हुए नहीं है, धुआं से वैसे है और थोड़ा मोटा मोटा ये सब है जो डॉक्टर हॉस्पिटल ਮਾਈਗ੍ਰੈਂਟ ਸੀ, ਉਹਨਾਂ ਦੀ ਝੁੱਗੀ ਚ ਅੱਗ ਲੱਗ ਗਈ। ਬੱਚਿਆਂ ਦੀ ਉਮਰ ਸੀਗੀ 6 ਸਾਲ, 5 ਸਾਲ ਤੇ 4 ਸਾਲ। ਉਹਨਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਲੈ ਕੇ ਆਏ ਸੀਗੇ ਤੇ ਸਾਹ ਲੈਣ ਚ ਤਕਲੀਫ ਸੀਗੀ। ਜੋ ਪਹੁੰਚੇ ਉਹਨਾਂ ਦੀ ਜਿਹੜੀ ਆਕਸੀਜਨ ਲੈਵਲ ਆ ਅਰਾਊਂਡ 86-84 ਸੀਗਾ। ਉਹਨਾਂ ਨੂੰ ਜਲਦੀ ਇੱਥੇ ਜੋ ਐਮਰਜੈਂਸੀ ਟ੍ਰੀਟਮੈਂਟ ਆ, ਪ੍ਰੋਪਰ ਡਾਇਲੇਟਰ ਪਲੱਸ ਆਕਸੀਜਨ ਸਪੋਰਟ ਦੇ ਕੇ ਉਹਨਾਂ ਨੂੰ ਸਟੈਬਲਾਈਜ਼ ਕਰਕੇ ਪੇਸ਼ੈਂਟਸ ਨੂੰ ਤੇ ਥੋੜੇ ਕੌਨਸ਼ੀਅਸ ਲੈਵਲ ਅਚੀਵ ਹੋ ਗਿਆ ਸੀ ਤੇ ਫਰਦਰ ਮੈਨੇਜਮੈਂਟ ਲਈ ਇਹਨਾਂ ਨੂੰ ਡਿਸਟ੍ਰਿਕਟ ਹੋਸਪਿਟਲ ਭੇਜਤਾ ਸੀਗਾ। ਇਹ ਮਾਛੀਵਾੜਾ ਸਾਹਿਬ ਤੇ ਕੋ ਸਾਡੇ ਕੋਲ ਆਏ ਸੀਗੇ, ਉਹਨਾਂ ਦੇ ਅਚਾਨਚਕ ਝੁੱਗੀ ਨੂੰ ਅੱਗ ਲੱਗ ਗਈ। ਤੇ ਨਾਮ ਕੀ ਬੱਚਿਆਂ ਦੇ? ਬੱਚਿਆਂ ਦਾ ਨਾਮ, ਇੱਕ ਬੱਚੇ ਦਾ ਨਾਮ ਵਿਸ਼ਾਲ ਆ, ਲੜਕਾ, ਇੱਕ ਲੜਕੀ ਆ ਸ਼ੁਭਨਮ ਆ ਤੇ ਇੱਕ ਲਗੋਪਾਲ। ਇਹ ਰੈਫਰ ਕਿੱਥੇ ਕੀਤੇ ਨੇ? ਡਿਸਟ੍ਰਿਕਟ ਹੋਸਪਿਟਲ ਲੁਧਿਆਣਾ।